ਚੰਨ ਚੜਿਆਇਆ ਮਹਿਮਾਨ ਦੇ ਗੁਣ ਪੈ ਦੇ ਚੰਨ ਚੜਿਆਇਆ ਮਹਿਮਾਨ ਦੇ ਲਾਲ ਦਾ ਚੰਨ ਚੜਿਆਇਆ ਮਹਿਮਾਨ ਦੇ ਅੱਲਾ ਫਰਮਾਇਆ ਅਯੁਹੰਨਾ ਸੁਕਦ ਜੈ ਕੁਰਹਾਨ ਮਿਰ ਰੱਬਿਕੁਮ ਵਅੰਜ਼ਲਨਾ ਇਲੈਕੁਮ ਨੂਰਾ ਮੁਬੀਨਾ ਚੰਨ ਚੜਿਆਇਆ ਮਹਿਮਾਨ ਦੇ ਲਾਲ ਦਾ ਚੰਨ ਚੜਿਆਇਆ ਮਹਿਮਾਨ ਦੇ ਸਾਰੇ ਪੜੋ ਮੈਂ ਤਕਰੀਰ ਮੁਕਾ ਲਈਏ ਚੰਨ ਚੜਿਆਇਆ ਮਹਿਮਾਨ ਦੇ ਲਾਲ ਦਾ ਚੰਨ ਚੜਿਆ ਨੂਰ ਕਿਤਾਬ ਮੁਬੀਨ ਚੰਨ ਚੜਿਆਇਆ ਮਹਿਮਾਨ ਦੇ ਲਾਲ ਦਾ ਚੰਨ ਚੜਿਆਇਆ ਮਹਿਮਾਨ ਦੇ ਲਾਲ ਦਾ ਹਜ਼ਰਤ ਇਮਾਮ ਜਲਾਲੁਦੀਨ ਸਯੂਤੀ ਫਰਮਾਉਂਦੇ ਨੇ ਜਦੋਂ ਤੇਰੇ ਤੇ ਮੇਰੇ ਆਕਾ ਮਾਂ ਦੀ ਗੋਦੀ ਦੇ ਅੰਦਰ ਹੈ ਮਸ਼ਰਕ ਵਾਲੇ ਜਾਨਵਰ ਦੌੜ ਕੇ ਮਗਰਿਬ ਵੱਲ ਜਾ ਰਹੇ ਤੇ ਮਗਰਿਬ ਵਾਲੇ ਜਾਨਵਰ ਦੌੜ ਕੇ ਮਸ਼ਰਕ ਵੱਲ ਆ ਰਹੇ ਤੇ ਜਾਨਵਰ ਇੱਕ ਦੂਜੇ ਨੂੰ ਕਹਿ ਰਹੇ ਮੁਬਾਰਕ ਹੋਵੇ ਕਮਲੀ ਵਾਲਾ ਆ ਗਿਆ ਜਦੋਂ ਤੇਰੇ ਤੇ ਮੇਰੇ ਨਬੀ ਦੀ ਆਮਦ ਹੋਈ ਡੰਗਰਾਂ ਨੂੰ ਚਾ ਚੜ ਗਏ ਉਸ ਵੇਲੇ ਡੰਗਰ ਵੀ ਖੁਸ਼ੀਆਂ ਮਨਾ ਰਹੇ ਉਹ ਕਿੱਡਾ ਵੱਡਾ ਡੰਗਰ ਏ ਜਿਹੜਾ ਮੇਰੇ ਆਕਾ ਦੇ ਮਿਲਾਦ ਤੇ ਸੜਦਾ ਹਜ਼ੂਰ ਦੀ ਆਮਦ ਹੋਈ ਤੇ ਡੰਗਰਾਂ ਨੂੰ ਵੀ ਚਾ ਤੇ ਉਹ ਵੀ ਨਾਰੇ ਮਾਰ ਰਹੇ ਚੰਨ ਚੜਿਆਇਆ ਮਹਿਮਾਨ ਦੇ ਜਿਓ ਜਿਓ ਸਲਾਮਤ ਰਵੋ ਚੰਨ ਚੜਿਆਇਆ ਮਹਿਮਾਨ ਦੇ ਲਾਲ ਦਾ ਮੇਰੇ ਨਬੀ ਦੀ ਆਮਦ ਤੋਂ ਪਹਿਲੇ ਮਾਵਾਂ ਨੂੰ ਮੰਡੀਆਂ 'ਚ ਵੇਚਿਆ ਜਾ ਰਿਹਾ ਸਕਾ ਪੁੱਤਰ ਜਿੱਦੀ ਦਾੜੀ ਵਾਲੇ ਬਾਪ ਨੂੰ ਮੰਡੀ 'ਚ ਵੇਚਦਾ ਏ ਜਿਹਦੇ ਘਰ ਬੇਟੀ ਹੁੰਦੀ ਏ ਬੇਟੀਆਂ ਨੂੰ ਜ਼ਿੰਦਾ ਲੱਭਿਆ ਜਾ ਰਿਹਾ ਅੱਜ ਚਿੱਟੀ ਦਾੜੀ ਵਾਲੇ ਬਾਬੇ ਨੂੰ ਪੁੱਛੋ ਬਾਬਾ ਤੈਨੂੰ ਇੱਜ਼ਤ ਕਿੰਨੇ ਦਿੰਦੀ ਏ ਤੇ ਬਾਬਾ ਸੀਨਾ ਤਾਣ ਕੇ ਆਉਂਦੇ ਉਦੋਂ ਦੀ ਮੇਰੀ ਇੱਜ਼ਤ ਬਣ ਗਈ ਏ ਜਦੋਂ ਦਾ ਚੰਨ ਚੜਿਆਇਆ ਮਹਿਮਾਨ ਦੇ ਲਾਲ ਦਾ ਚੰਨ ਚੜਿਆਇਆ ਮਹਿਮਾਨ ਦੇ ਅੱਜ ਮਾਂ ਨੂੰ ਪੁੱਛੋ ਮਾਂ ਦੀ ਇੱਜ਼ਤ ਕਿਵੇਂ ਮਿਲੀ ਤੇ ਮਾਂ ਰੋ ਕੇ ਆਉਂਦੀ ਏ ਮਾਵਾਂ ਦੇ ਮੰਡੀਆਂ 'ਚ ਮੁੱਲ ਵੇਚੀਆਂ ਜਾਂਦੀਆਂ ਸਨ ਪਰ ਮੈਨੂੰ ਉਦੋਂ ਦੀ ਇੱਜ਼ਤ ਮਿਲੀ ਏ ਜਦੋਂ ਦਾ ਚੰਨ ਚੜਿਆਇਆ ਮਹਿਮਾਨ ਦੇ ਅਗਰ ਬੇਟੀ ਨੂੰ ਪੁੱਛੋ ਬੇਟੀ ਦੱਸ ਤੈਨੂੰ ਇੱਜ਼ਤ ਕਿਵੇਂ ਮਿਲੀ ਏ ਤੇ ਬੇਟੀ ਰੋ ਕੇ ਆਉਂਦੀ ਏ ਮੈਨੂੰ ਤੇ ਜ਼ਿੰਦਾ ਲੱਭਿਆ ਜਾਂਦਾ ਰਿਹਾ ਜਦੋਂ ਧੀਆਂ ਜੰਮਦੀਆਂ ਸਨ ਲੋਕ ਜ਼ਿੰਦਾ ਦਰਗੋਰ ਕਰਦੇ ਰਹੇ ਨੇ ਤੇ ਬੇਟੀ ਵੀ ਆਉਂਦੀ ਏ ਮੈਂ ਤੇ ਜ਼ਿੰਦਾ ਦਫਨੇ ਆਉਂਦੀ ਰਹੀ ਆ ਇੱਜ਼ਤ ਉਦੋਂ ਦੀ ਲੱਭੀ ਏ ਜਦੋਂ ਦਾ ਚੰਨ ਚੜਿਆਇਆ ਮਹਿਮਾਨ ਦੇ ਲਾਲ ਦਾ ਇਹ ਕੋਈ ਸੋਹਣਾ ਨਹੀਂ ਸੋਹਣਾ
ਸੋਨੇ ਦੇ ਨਾਲ ਸੋਨੇ ਦੇ ਵਾਲੀ ਦੇ ਗੁਲਾਮੋ ਜਬਰੀਲ ਅਲੀ ਸਲਾਮ ਨੇ ਸਕੀ ਦੀ ਕਮਲੀ ਵਾਲਿਆ ਜਬਰੀਲ ਹਾਂ ਮੈਂ ਤੇਰੇ ਤੋਂ ਪਹਿਲੇ ਵੀ ਕੋਈ ਬਣਾਇਆ ਏ ਅਰਦ ਕੀਤੀ ਅੱਲਾ ਕੌਣ ਏ ਜਿਹਨੂੰ ਮੇਰੇ ਨਾਲੋਂ ਵੀ ਪਹਿਲੇ ਬਣਾਇਆ ਅੱਲਾ ਫਰਮਾਇਆ ਜਬਰੀਲ ਸਾਹਮਣੇ ਸੀਗਾ ਵਾ ਅਰਦ ਕੀਤੀ ਕਮਲੀ ਵਾਲਿਆ ਜਦੋਂ ਮੈਂ ਸਾਹਮਣੇ ਨਿਗਾਹ ਮਾਰੀ ਸਾਹਮਣੇ ਇੱਕ ਨੂਰ ਪਿਆ ਚਮਕਦਾ ਮੈਂ ਅੱਲਾ ਦੀ ਬਾਰਗਾਹ ਚ ਅਰਦ ਕੀਤੀ ਅੱਲਾ ਇਹ ਨੂਰ ਕੌਣ ਏ ਅੱਲਾ ਫਰਮਾਇਆ ਜਬਰੀਲ ਮੇਰਾ ਯਾਰ ਅਰਦ ਕੀਤੀ ਕਮਲੀ ਵਾਲਿਆ ਮੈਂ ਚਾਰ ਨੂਰ ਹੋਰ ਵੀਰ ਦਾ ਗਿੱਧ ਵੇਖੇ ਨੇ ਅਰਦ ਕੀਤੀ ਅੱਲਾ ਜਿਹੜਾ ਸਾਹਮਣੇ ਨੂਰ ਏ ਇਹ ਤੇ ਤੇਰਾ ਯਾਰ ਏ ਆ ਚਾਰ ਨੂਰ ਇਰਦ ਗਿਰਦ ਹੋਰ ਵੀ ਨਜ਼ਰ ਯਾਰ ਏ ਅੱਲਾ ਫਰਮਾਇਆ ਜਬਰੀਲ ਜਿਹੜਾ ਸੱਜੇ ਪਾਸੇ ਨੂਰ ਏ ਇਹ ਮੇਰੇ ਯਾਰ ਦਾ ਯਾਰ ਏ ਇਹਦਾ ਨਾਂ ਅਬੂ ਬਕਰ ਸਿੱਦੀਕ ਆ ਜਿਹੜਾ ਖੱਬੇ ਪਾਸੇ ਨੂਰ ਏ ਮੇਰੇ ਯਾਰ ਦਾ ਯਾਰ ਉਮਰੇ ਫਾਰੂਕ ਏ ਉਹ ਜਿਹੜਾ ਪਿੱਛੇ ਨੂਰ ਏ ਮੇਰੇ ਯਾਰ ਦਾ ਯਾਰ ਉਸਮਾਨੇ ਗਨੀ ਏ ਜਿਹੜਾ ਸਾਹਮਣੇ ਨੂਰ ਏ ਮੇਰੇ ਯਾਰ ਦਾ ਯਾਰ ਮੌਲਾ ਅਲੀ ਅਰਦ ਕੀਤੀ ਕਮਲੀ ਵਾਲੇ ਪੰਜ ਕੌਣ ਨੇ ਅੱਲਾ ਫਰਮਾਇਆ ਜਬਰੀਲ ਲਿਖ ਲੈ ਇਹ ਪੰਜੇ ਮੇਰੇ ਯਾਰ ਨੇ ਫਿਰ ਜਿਹੜਾ ਇਹਨਾਂ ਦਾ ਯਾਰ ਏ ਮੈਂ ਉਹਨਾਂ ਦਾ ਯਾਰ ਅਸੇ ਸੁਣੇ ਮਾਮਾ ਦੇ ਪੁੱਤਰ ਕਹਿ ਰਹੇ ਤੇਰਾ ਖਾਵਾ ਮੈਂ ਤੇਰੇ ਗੀਤ ਗਾਵਾਂ ਯਾਰ ਰਸੂਲ ਅੱਲਾ ਤੇਰਾ ਖਾਵਾਂ ਮੈਂ ਤੇਰੇ ਗੀਤ ਗਾਵਾਂ ਯਾਰ ਰਸੂਲ ਅੱਲਾ ਤੇਰਾ ਰਸੂਲ ਅੱਲਾ ਮੈਂ ਕੁਝ ਵੀ ਨਹੀਂ ਜੇ ਤੇਰੇ ਨਾਲ ਮੇਰੀ ਕੋਈ ਨਿਸਬਤ ਨਹੀਂ ਮੈਂ ਸਭ ਕੁਝ ਹਾਂ ਜੇ ਮੈਂ ਤੇਰਾ ਸਭ ਕੁਝ ਹਾਂ ਜੇ ਮੈਂ ਤੇਰਾ ਸਦਾਵਾਂ ਯਾਰ ਰਸੂਲ ਅੱਲਾ ਤੇਰਾ ਦੀਨਾ ਮੈਂ ਕਿਉਂ ਨਾ ਹਜ਼ਰਤ ਨੂਹ ਅਲੈਹਿ ਸਲਾਮ ਦਾ ਤੂਫਾਨ ਆਉਣ ਵਾਲਾ ਸੀ ਹੁਕਮੇ ਰੱਬੀ ਆ ਗਿਆ ਨੂਹ ਅਲੈਹਿ ਸਲਾਮ ਤੁਸੀਂ ਇਹਨ ਕਰੋ ਕਸ਼ਤੀ ਬਣਾ ਲਓ ਅੱਲਾ ਦੇ ਨਬੀ ਨੂਹ ਅਲੈਹਿ ਸਲਾਮ ਨੇ ਕਸ਼ਤੀ ਬਣਾਉਣਾ ਸ਼ੁਰੂ ਕੀਤੀ ਸ਼ੌਂਕ ਲੱਗ ਗਿਆ
ਫਟਿਆਂ ਨੂੰ ਕੀੜਾ ਲੱਗ ਗਿਆ, ਜਿੰਨੀ ਬਣਾ ਕੇ ਜਾਣ ਵਾਪਿਸ ਆਣ ਕੀੜੇ ਖਾ ਜਾਣ, ਅਰਦਾਸ ਕੀਤੀ ਯਾ ਅੱਲਾ ਤੂਫਾਨ ਆ ਜਾਏਗਾ, ਕਿਸ਼ਤੀ ਪੂਰੀ ਨਹੀਂ ਹੋਣੀ, ਕੀੜੇ ਖਾ ਜਾਂਦੇ। ਅੱਲਾ ਫਰਮਾਇਆ ਨੂਹ ਅਲੈਹਿਸ ਸਲਾਮ ਚਾਹੁੰਦੇ ਹੋ ਕਿਸ਼ਤੀ ਪੂਰੀ ਹੋ ਜਾਏ, ਯਾ ਅੱਲਾ ਮੈਂ ਤੇ ਚਾਹਨਾ, ਪਰ ਮੈਂ ਜਿਹੜਾ ਸਭ ਤੋਂ ਉੱਤੇ ਮੇਨ ਫੱਟਾ ਲਾਣਾ ਹੈ ਨਾ, ਉਹਦੇ ਤੇ ਮੇਰਾ ਨਾਂ ਲੈ, ਯਾ ਅੱਲਾ ਅੱਗੇ ਹੁਕਮ ਹੋਵੇ, ਪਰ ਮੈਂ ਜਿਹੜਾ ਉਹਦੇ ਨਾਲ ਫੱਟਾ ਲਾਣਾ ਹੀ ਨਾ, ਉਹਦੇ ਤੇ ਮੇਰੇ ਯਾਰ ਮੁਹੰਮਦ ਦਾ ਨਾਮ ਲੈ। ਹਜ਼ਰਤ ਨੂਹ ਅਲੈਹਿਸ ਸਲਾਮ ਨੇ ਦੋ ਫੱਟੇ ਦੇ ਨਾਂ ਲਿਖੇ ਕੀਤੀ, ਯਾ ਅੱਲਾ ਚਾਰ ਫੱਟਿਆਂ ਦੀ ਜਗ੍ਹਾ ਬਾਕੀ ਹੈ, ਫਰਮਾਇਆ ਜੇ ਫੱਟੇ ਚਾਰ ਨੇ ਨਾ, ਨਬੀ ਦੇ ਯਾਰ ਵੀ ਚਾਰ ਨੇ, ਇੱਕ ਫੱਟੇ ਤੇ ਹਜ਼ਰਤ ਅਬੂ ਬਕਰ ਸਿੱਦੀਕ ਦਾ ਨਾਂ ਲੇ, ਇੱਕ ਫੱਟੇ ਤੇ ਹਜ਼ਰਤ ਉਮਰ ਪਾਕ ਦਾ ਨਾਂ ਲੇ, ਇੱਕ ਫੱਟੇ ਤੇ ਹਜ਼ਰਤ ਉਸਮਾਨ ਪਾਕ ਦਾ, ਇੱਕ ਫੱਟੇ ਤੇ ਹਜ਼ਰਤ ਅਲੀ ਪਾਕ ਦਾ, ਇਹ ਨਾਮ ਲਿਖੇ ਕਿ ਸਾਰੀ ਕਸ਼ਤੀ ਬਣ ਗਈ, ਕੀੜਾ ਨਹੀਂ ਲੱਗਿਆ, ਨਬੀ ਦੇ ਗੁਲਾਮਾਂ ਰਾਜ਼ੀ ਨਹੀਂ ਹੋ ਜਾਂਦਾ। ਨੂਹ ਅਲੈਹਿਸ ਸਲਾਮ ਦੀ ਕਸ਼ਤੀ ਕੀੜਿਆਂ ਤੋਂ ਬਚ ਗਈ ਜਦੋਂ ਨਬੀ ਦੇ ਯਾਰਾਂ ਦੇ ਨਾਂ ਲਿਖੇ, ਤੂੰ ਵੀ ਦਿਲ ਦੀ ਕਸ਼ਤੀ ਤੇ ਨਬੀ ਦੇ ਯਾਰਾਂ ਦੇ ਨਾਂ ਲਿਖ ਕੇ ਮਰ ਜਾ, ਕਬਰ ਦੇ ਕੀੜਿਆਂ ਤੋਂ ਬਚ ਜਾ। ਹਜ਼ਰਤ ਆਦਮ ਅਲੈਹਿਸ ਸਲਾਮ ਅੱਲਾ ਦੀ ਬਾਰਗਸ਼ ਦੁਆ ਮੰਗੀ, ਵਸੀਲਾ ਹਜ਼ੂਰ ਦਾ ਬਣਾ ਲਿਆ, ਅਜੇ ਸਰਕਾਰ ਆਏ ਨੇ, ਜਬਰੀਲ ਅਲੈਹਿਸ ਸਲਾਮ ਹਜ਼ੂਰ ਦੀ ਬਾਰਗਸ਼ ਤਸ਼ਰੀਫ ਲੈ ਕੇ ਆਏ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਅੱਲਾ ਕਰੀਮ ਨੇ ਮੈਨੂੰ ਬਣਾਇਆ, ਵੇਲਾ ਗੁਜ਼ਰਦਾ ਰਿਹਾ, 18,000 ਸਾਲ ਗੁਜ਼ਰੇ, ਅੱਲਾ ਫਰਮਾਇਆ ਜਬਰੀਲ ਯਾ ਅੱਲਾ ਹੁਕਮ ਹੋਵੇ, ਤੈਨੂੰ ਕਿਹਨ ਬਣਾਇਆ, ਯਾ ਅੱਲਾ ਤੁਸਾਂ ਬਣਾਇਆ, ਮੈਂ ਕੌਣ ਆ, ਯਾ ਅੱਲਾ ਤੁਸੀਂ ਪਰਵਰਦੀਗਾਰ ਹੋ, ਜ਼ਿੰਦਗੀ ਦਿੰਦੇ ਹੋ, ਮੌਤ ਦਿੰਦੇ ਹੋ, ਮੈਂ ਤੁਹਾਡਾ ਬੰਦਾ। ਅਰਜ਼ ਕੀਤੀ ਯਾ ਅੱਲਾ ਜੇ ਇਜਾਜ਼ਤ ਹੋਵੇ ਇੱਕ ਅਰਜ਼ ਮਾ ਵੀ ਨਾ ਕਰਾਂ। ਹਜ਼ਰਤ ਮੁੱਲਾ ਮੋਈਨ ਨੇ ਲਿਖਿਆ, ਜਬਰੀਲ ਅਲੈਹਿਸ ਸਲਾਮ ਜਦੋਂ ਇਹ ਅਰਜ਼ ਕੀਤੀ ਨਾ, ਯਾ ਅੱਲਾ ਹੁਕਮ ਕਰੋ ਇੱਕ ਅਰਜ਼ ਮਾ ਵੀ ਕਰਾਂ, ਅੱਲਾ ਫਰਮਾਇਆ ਜਬਰੀਲ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ, ਅਰਜ਼ ਕੀਤੀ ਯਾ ਅੱਲਾ ਸਭ ਤੋਂ ਪਹਿਲੇ ਮੈਨੂੰ ਬਣਾਇਆ ਕਿ ਮੇਰੇ ਤੋਂ ਪਹਿਲੇ ਵੀ ਕੋਈ ਬਣਾਇਆ, ਕਦ ਜਾਅਕੁਮ ਮਿਨ ﷲ ਨੂਰ, ਅੱਲਾ ਫਰਮਾਂਦਾ ਮੇਰਾ ਯਾਰ ਨੂਰ ਹੈ, ਤਹਕੀਕ ਰੱਬ ਵੱਲੋਂ ਤੁਹਾਡੇ ਕੋਲ ਨੂਰ ਆਇਆ ਹੈ ਕਦੋਂ ਦਾ, ਯਾ ਅੱਲਾ ਸਭ ਤੋਂ ਪਹਿਲੇ ਮੈਨੂੰ ਬਣਾਇਆ ਕਿ ਮੇਰੇ ਨਾਲੋਂ ਪਹਿਲੇ ਵੀ। ਵੈਸੇ ਹਜ਼ਰਤ ਜਬਰੀਲ ਅਲੈਹਿਸ ਸਲਾਮ ਦਾ ਸਵਾਲ ਕਿੱਦਾਂ ਸੋਹਣਾ ਹੈ, ਹੁਣ ਕਈ ਮੌਲਵੀ ਸੁੱਤਨ ਛੋਟੀ ਪਾ ਕੇ ਸੁਨੀਆਂ ਕੋਲੋਂ ਆ ਕੇ ਪੁੱਛਦੇ, ਦੱਸੋ ਜੀ ਹਜ਼ੂਰ ਦਾ ਨੂਰ ਕਦੋਂ ਦਾ, ਮੈਂ ਕਿਹਾ ਤੁਸੀਂ ਅੱਜ ਪੁੱਛਿਆ ਜਬਰੀਲ ਅਲੈਹਿਸ ਸਲਾਮ, ਉਦੋਂ ਹੀ ਪੁੱਛ ਲਿਆ, ਯਾ ਅੱਲਾ ਸਭ ਤੋਂ ਪਹਿਲੇ ਮੈਨੂੰ ਬਣਾਇਆ ਕਿ ਮੇਰੇ ਤੋਂ ਪਹਿਲੇ ਵੀ ਕੋਈ ਬਣਾਇਆ, ਅੱਲਾ ਫਰਮਾਇਆ ਹਾਂ ਜਬਰੀਲ ਤੇਰੇ ਤੋਂ ਪਹਿਲੇ ਵੀ ਹੈ ਕੋਈ ਜਿਹਨੂੰ ਮੈਂ ਬਣਾਇਆ। ਇਹ ਜਬਰੀਲ ਹਜ਼ੂਰ ਦੀ ਬਾਰਗਾਹ ਚ ਮਾਮਲਾ ਕਰ ਰਹੇ, ਕੌਣ ਹੈ ਦੇ ਵਾਲੀ ਦੇ ਗੁਲਾਮੋ, ਜਬਰੀਲ ਅਲੈਹਿਸ ਸਲਾਮ ਨੇ ਸਕੀ ਦੀ ਕਬਰੀ ਵਾਲਿਆ, ਅੱਲਾ ਨੇ ਫਰਮਾਇਆ ਜਬਰੀਲ ਹਾਂ ਮੈਂ ਤੇਰੇ ਤੋਂ ਪਹਿਲੇ ਵੀ ਕੋਈ ਬਣਾਇਆ ਹੈ, ਅਰਦ ਕੀਤੀ ਯਾ ਅੱਲਾ ਕੌਣ ਹੈ ਜਿਹਨੂੰ ਮੇਰੇ ਨਾਲੋਂ ਵੀ ਪਹਿਲੇ ਬਣਾਇਆ, ਅੱਲਾ ਫਰਮਾਇਆ ਜਬਰੀਲ ਸਾਹਮਣੇ ਸੀਗਾ, ਅਰਦ ਕੀਤੀ ਕਬਰੀ ਵਾਲਿਆ ਜਦੋਂ ਮੈਂ ਸਾਹਮਣੇ ਨਿਗਾਹ ਮਾਰੀ, ਸਾਹਮਣੇ ਇੱਕ ਨੂਰ ਪਿਆ ਚਮਕਦਾ, ਮੈਂ ਅੱਲਾ ਦੀ ਬਾਰਗਾਹ ਚ ਅਰਜ਼ ਕੀਤੀ ਯਾ ਅੱਲਾ ਇਹ ਨੂਰ ਕੌਣ ਹੈ, ਅੱਲਾ ਫਰਮਾਇਆ ਜਬਰੀਲ ਮੇਰਾ ਯਾਰ ਹੈ, ਅਰਜ਼ ਕੀਤੀ ਕਬਲੀ ਵਾਲਿਆ ਮੈਂ ਚਾਰ ਨੂਰ ਹੋਰ ਵੀ ਜ਼ਿੰਦਗੀ ਦੇ ਵੇਖੇ ਨੇ, ਅਰਜ਼ ਕੀਤੀ ਯਾ ਅੱਲਾ ਜਿਹੜਾ ਸਾਹਮਣੇ ਨੂਰ ਹੈ ਇਹ ਤੇ ਤੇਰਾ ਯਾਰ ਹੈ, ਆ ਚਾਰ ਨੂਰ ਇਰਦ ਗਿਰਦ ਹੋਰ ਵੀ ਨਜ਼ਰ ਆ ਰਹੇ, ਅੱਲਾ ਫਰਮਾਇਆ ਜਬਰੀਲ ਜਿਹੜਾ ਸੱਜੇ ਪਾਸੇ ਨੂਰ ਹੈ ਇਹ ਮੇਰੇ ਯਾਰ ਦਾ ਯਾਰ ਹੈ, ਇਹਦਾ ਨਾਂ ਅਬੂ ਬਕਰ ਸਿੱਦੀਕ, ਆ ਜਿਹੜਾ ਖੱਬੇ ਪਾਸੇ ਨੂਰ ਹੈ ਮੇਰੇ ਯਾਰ ਦਾ ਯਾਰ ਉਮਰੇ ਫਾਰੂਕ, ਉਹ ਜਿਹੜਾ ਪਿੱਛੇ ਨੂਰ ਹੈ ਮੇਰੇ ਯਾਰ ਦਾ ਯਾਰ ਉਸਮਾਨੇ ਗਨੀਏ, ਜਿਹੜਾ ਸਾਹਮਣੇ ਨੂਰ ਹੈ ਮੇਰੇ ਯਾਰ ਦਾ ਯਾਰ ਮੌਲਾ ਅਲੀ, ਅਰਦ ਕੀਤੀ ਕਮਲੀ ਵਾਲੇ ਪੰਜ ਕੌਣ ਨੇ, ਅੱਲਾ ਫਰਮਾਇਆ ਜਬਰੀਲ ਲਿਖ ਲੈ
ਜੇ ਮੇਰੇ ਯਾਰ ਨੇ ਫਿਰ ਜਿਹੜਾ ਇਹਨਾਂ ਦਾ ਯਾਰ ਏ ਮੈਂ ਉਹਨਾਂ ਦਾ ਯਾਰ ਜਿਹੜਾ ਇਹਨਾਂ ਦਾ ਯਾਰ ਏ ਫਿਰ ਮੈਂ ਬੋਲੋ ਭਾਈ ਜਾਨ ਜਿਹੜਾ ਇਹਨਾਂ ਦਾ ਯਾਰ ਏ ਮੈਂ ਉਹਨਾਂ ਦਾ ਯਾਰ ਆ ਅੱਛਾ ਅਜੇ ਕੁਝ ਵੀ ਨਹੀਂ ਮੇਰੇ ਤੇ ਤੇਰੇ ਨਬੀ ਦਾ ਨੂਰ ਹੈ ਇਸੇ ਵਾਸਤੇ ਖੜੀ ਦਾ ਬਾਬਾ ਕਹਿੰਦਾ ਨੂਰ ਨਬੀ ਦਾ ਨੂਰ ਨਬੀ ਦਾ ਇਹ ਬਯੋਸ ਵੇਲੇ ਦਾ ਇਤੇ ਆਤਮ ਅਜੇ ਨਹੀਂ ਹੋਇਆ ਅਵਲ ਆਖਰ ਦੋਵੇਂ ਪਾਸੇ ਇਤੇ ਆਪੇ ਹੀ ਮਲ ਖਲੋ ਆਪਣੀਆਂ ਮਸਜਿਦਾਂ ਬਾਤ ਕਰੋ ਮਸਜਿਦਾਂ ਨੂੰ ਸਜਾਇਆ ਜੇ ਗਲੀਆਂ ਨੂੰ ਸਜਾਇਆ ਜੇ ਕਿਸੇ ਐਰੇ ਗਹਿਰੇ ਨੱਤੂ ਖੈਰੇ ਦੇ ਆਖੇ ਲੱਗ ਕੇ ਇਹ ਨਹੀਂ ਸੋਚਣਾ ਉਹ ਫਲਾਣਾ ਫਤਵਾ ਲਾ ਦੇਗਾ ਜਿਹੜਾ ਕੋਈ ਫਤਵੇ ਦੀ ਗੱਲ ਕਰੇ ਉਲਾਮਾ ਮੌਜੂਦ ਨੇ ਠੀਕ ਹੈ ਜੇ ਦਲੀਲ ਨਾ ਮੰਨਣ ਤੇ ਅਸੀਂ ਹਲਮ ਸੁਣਨੀ ਆ ਨਾ ਕਈ ਬੰਦੇ ਹੁੰਦੇ ਨੇ ਬੜੀ ਬਿਮਾਰੀ ਹੁੰਦੀ ਹੈ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਦੇ ਜਿਵੇਂ ਮਿਰਜ਼ਾ ਪਲੰਬਰ ਹੈ ਨਾ ਉਹ ਮੰਨਦਾ ਤੇ ਨਾ ਉਹਦੇ ਸ਼ਾਗਿਰਦ ਮੰਨਦੇ ਉਹ ਸਾਰੇ ਇੱਕੋ ਬੇੜੀ ਦੇ ਮਲਾਣ ਮੈਂ ਅੱਜ ਵੀ ਜੁਮੇ ਦਰਦ ਕੀਤਾ ਭਾਈ ਜਾਨ ਐਵੇਂ ਆਪਣਾ ਇਮਾਨ ਖਰਾਬ ਨਾ ਕਰੋ ਬਦ ਅਕੀਦਾ ਬੰਦਿਆਂ ਨੂੰ ਸੁਣ ਕੇ ਤੇ ਬਦ ਅਕੀਦਾ ਬੰਦਿਆਂ ਦੇ ਪਿੱਛੇ ਲੱਗ ਲੱਗ ਕੇ ਜਿਹੜਾ ਬੰਦਾ ਮਾਂ ਨੂੰ ਨਹੀਂ ਮੰਨਦਾ ਉਹਨੇ ਕੁਰਾਨੋ ਹਦੀਸ ਨੂੰ ਕੀ ਮੰਨਣਾ ਤੇ ਗੱਲ ਅਸੀਂ ਕੋਲੋਂ ਨਹੀਂ ਕੀਤੀ ਉਹਨੇ ਮੂੰਹੋਂ ਬਕਿਆ ਮਾਂ ਤੇ ਸ਼ਾਇਦ ਕੋਈ ਨੀ ਮਾਂ ਕੀ ਸ਼ਾਇਦ ਤੋ ਜਿਸ ਜੰਮਿਆ ਉਸ ਆਪਣੀ ਮਾਂ ਨੂੰ ਨਹੀਂ ਮੰਨਿਆ ਜੰਮਣ ਵਾਲੀ ਨੂੰ ਤੇ ਸਾਡੇ ਭੋਲੇ ਪਾਲੇ ਸੁਣੀ ਨੇ ਉਹਦੀਆਂ ਮਨ ਮਨ ਆਪਣੇ ਵਾਲਾ ਮਾਂ ਨੂੰ ਤੰਗ ਕਰਦੇ ਉਹਦੇ ਕਲਿੱਪ ਸੈਂਡ ਕਰਨਗੇ ਦੱਸੋ ਜੀ ਕੀ ਖਿਆਲ ਹੈ ਮਿਰਜ਼ਾ ਸਾਹਿਬ ਨੇ ਆ ਕੇ ਮੈਂ ਕਿਹਾ ਅਸੀਂ ਤੁਹਾਨੂੰ 90 ਰਹੀ ਆ ਕੇ ਇਹਨੂੰ ਸੁਣਨਾ ਹਰਾਮ ਹੈ ਇਹਨੂੰ ਸੁਣੋ ਹੀ ਨਾ ਜਿਹੜੇ ਪਿੰਡ ਨਹੀਂ ਜਾਣਾ ਫਿਰ ਉਹਦਾ ਰਾਹ ਵੀ ਨਹੀਂ ਪੁੱਛੀਦਾ ਜਦੋਂ ਹਜ਼ੂਰ ਦੇ ਗੁਲਾਮ ਆ ਸਰਕਾਰ ਦੀ ਗੁਲਾਮੀ ਦਾ ਪੱਟਾ ਗਲੇ 'ਚ ਪਾ ਲਿਆ ਤੇ ਫਿਰ ਹਜ਼ੂਰ ਦੀ ਆਮਦ ਦਾ ਜਸ਼ਨ ਅਸਾਂ ਗੱਜ ਵੱਜ ਕੇ ਮਨਾਉਣਾ ਗਲੀਆਂ ਸਜਾ ਲੈਣੀਆਂ ਮੁਹੱਲੇ ਸਜਾ ਲੈਣੇ ਬਾਜ਼ਾਰ ਸਜਾ ਲੈਣੇ ਅੱਛਾ ਜੀ ਮੈਂ ਪੜ੍ਹਦੇ ਅਸੀਂ ਹਜ਼ੂਰ ਦੀ ਆਮਦ ਦਾ ਜਸ਼ਨ ਮਨਾਵਾਂਗੇ ਇਰਾਦਾ ਰੱਖਦੇ ਹੋ ਗੱਜ ਵੱਜ ਕੇ ਮਨਾਓਗੇ ਇਨਸ਼ਾਅੱਲਾ ਆਪਣੇ ਘਰਾਂ ਨੂੰ ਸਜਾਓਗੇ ਇਨਸ਼ਾਅੱਲਾ ਹਜ਼ੂਰ ਦੀ ਆਮਦ ਤੇ ਜਲੂਸ ਵਿੱਚ ਸ਼ਿਰਕਤ ਕਰੋਗੇ ਇਨਸ਼ਾਅੱਲਾ ਇਸੇ ਵਾਸਤੇ ਸੁਣੇ ਮਾਮਾ ਦੇ ਪੁੱਤਰ ਕਹਿ ਰਹੇ ਤੇਰਾ ਖਾਵਾ ਮੈਂ ਤੇਰੇ ਗੀਤ ਗਾਵਾਂ ਯਾ ਰਸੂਲ ਅੱਲਾ ਤੇਰਾ ਸਭ ਕੁਝ ਹਾਂ ਜੇ ਮੈਂ ਤੇਰਾ ਸਦਾ
ਸਭ ਕੁਝ ਹਾਂ ਜੇ ਮੈਂ ਤੇਰਾ ਸਦਾਵਾਂ ਯਾਰ ਰਸੂਲ ਅੱਲਾ ਤੇਰਾ ਵੀ ਹਜ਼ੂਰ ਅਲੀ ਸਲਾਮ ਦੀ ਖਤਮੇ ਨਬੂਵਤ ਦੀ ਗੱਲ ਆਵੇ, ਸੁੰਨੀ ਮੈਦਾਨ ਵਿੱਚ ਖੜਾ। ਉਹ ਕੋਈ ਜ਼ਿਆਦਾ ਦੂਰ ਨਾ ਜਾਓ, ਦੋ ਦਿਨ ਪਹਿਲੇ ਦਾ ਮੰਦਿਰ ਵੇਖ ਲਓ, ਸੁਪਰੀਮ ਕੋਰਟ ਦੇ ਸਾਹਮਣੇ ਹਰ ਪਾਸੇ ਯਾ ਰਸੂਲ ਅੱਲਾ ਦੀ ਸਦਾ ਆ ਰਹੀ ਹੈ। ਤੇ ਜਿਨ੍ਹਾਂ ਹਜ਼ੂਰ ਦੀ ਖਤਮੇ ਨਬੂਵਤ ਤੇ ਪਹਿਰਾ ਦਿੱਤਾ ਹੈ ਨਾ, ਉਹ ਕੋ ਹੋਰ ਠੇਕੇਦਾਰ ਨਹੀਂ, ਸੁੰਨੀ ਮਾਵਾਂ ਦੇ ਪੁੱਤਰ ਨੇ। ਬੜੇ ਬੜੇ ਜਨਾਬ ਚਾਪਲੂਸੀਆਂ ਕਰਨ ਵਾਲੇ ਦੀਨ ਦੇ ਠੇਕੇਦਾਰ ਬਣੇ ਫਿਰਦੇ ਹਾਂ ਜੀ, ਅਸਾਂ ਦੀਨ ਦੇ ਬਹੁਤੇ ਠੇਕੇਦਾਰ ਹਾਂ, ਪਰ ਹਜ਼ੂਰ ਦੀ ਇੱਜ਼ਤ ਤੇ ਹਜ਼ੂਰ ਦੇ ਸਹਾਬਾ ਦੀ ਇੱਜ਼ਤ ਤੇ ਅਹਲੇ ਬੈਤ ਦੀ ਇੱਜ਼ਤ, ਹਜ਼ੂਰ ਦੀ ਖਤਮੇ ਨਬੂਵਤ ਦਾ ਦਿਫਾਅ ਜਦੋਂ ਵੀ ਕੀਤਾ ਸੁੰਨੀ ਮਾਂ ਦੇ ਪੁੱਤਰ ਹੀ ਕੀਤਾ। ਬਿਲਕੁਲ ਪੇਸ਼ਾਨੀ ਮੁਬਾਰਕ ਆਇਆ ਤੇ ਇੱਕ ਬਾਤ ਯਾਦ ਰੱਖੋ, ਜਿੰਨੀਆਂ ਪੁਸ਼ਤਾਂ ਵਿੱਚੋਂ ਮੇਰੇ ਨਬੀ ਦਾ ਨੂਰ ਚੱਲ ਕੇ ਆਇਆ ਨਾ, ਸਾਰੇ ਹੀ ਪਾਕ ਨੇ, ਸਾਰੇ ਹੀ ਹੁਣ ਤੇ ਮੌਲਵੀਆਂ ਨੂੰ ਇਲਮ ਦਾ ਹੈਜ਼ਾ ਹੋਇਆ ਨਾ, ਜਿਹੜੇ ਨਬੀ ਪਾਕ ਅਲੈਹਿ ਸਲਾਮ ਦੀ ਅੰਮਾ ਤੇ ਹਜ਼ੂਰ ਦੇ ਅੱਗੇ ਤੇ ਇਤਰਾਜ਼ ਕਰਦੇ ਨੇ, ਵੇਖੋ ਨਾ ਜੀ ਹਜ਼ੂਰ ਦੇ ਮਾਂ ਬਾਪ ਨੇ ਕਲਿਮਾ ਨਹੀਂ ਪੜਿਆ। ਮੈਂ ਕਿਹਾ ਤੂੰ ਗੱਲ ਕਿਹੋ ਜੀ ਕਰਨਾ ਬਦਬਖਤਾ ਲਈ ਨਾ, ਅਹਲੇ ਸੁਨਤ ਦਾ ਅਕੀਦਾ ਏਵੇ, ਜੇ ਮੇਰੇ ਨਬੀ ਦੇ ਮਾਂ ਬਾਪ ਮੋਮਨ ਨਹੀਂ ਤੇ ਸਾਰੀ ਕਾਇਨਾਤ ਵਿੱਚ ਅਜੇ ਤੱਕ ਮੋਮਨ ਜਮੀ ਕੋਈ ਨਹੀਂ, ਹਜ਼ੂਰ ਦੇ ਵਾਲਦੈਨ ਮੋਮਨ, ਕਮ ਅਜ਼ ਕਮ ਖੋਟੇ ਘਰੇ ਦੀ ਪਹਿਚਾਨ ਕਰੋ, ਐਵੇਂ ਭੋਲੇ ਪਾਲੇ ਬਣ ਕੇ ਹਰ ਥਾਲੀ ਚ ਮੂੰਹ ਨਾ ਮਾਰਿਆ ਕਰੋ। ਮੈਂ ਅਕਸਰ ਆਪਣੀਆਂ ਤਕਰੀਰਾਂ ਚਾਹੁੰਦਾ, ਖਰਾ ਤੇ ਸੱਚਾ ਸੌਦਾ ਘਰੋਂ ਲੱਭੇ ਤੇ ਗੈਰਾਂ ਦੇ ਬੂਹੇ ਨਹੀਂ ਮੱਲੀਏ, ਆਪਣੇ ਵਾਲਾ ਮਾਂ ਕੋਲ ਵਿਆਹ ਕਰੋ, ਆਪਣੇ ਵਾਲਾ ਮਾਂ ਕੋਲੋਂ ਸੁਣਿਆ ਕਰੋ ਸਾਡਾ ਅਕੀਦਾ ਕੀ ਹੈ, ਸਾਡਾ ਮੌਕਫ ਕੀ ਹੈ, ਐਵੇਂ ਜਿਹਨੇ ਲਾਇਆ ਗੱਲੀ ਉਹਦੇ ਨਾਲ ਤੁਰ ਚੱਲੀ। ਜੇ ਹਜ਼ੂਰ ਦੇ ਮਾਪੇ ਮੋਮਨ ਨਹੀਂ ਤੇ ਸਾਰੀ ਕਾਇਨਾਤ ਤੇ ਜਦੇ ਤੱਕ ਮੋਮਨ ਜਮੇ ਆਈ ਨਹੀਂ। ਮੇਰੇ ਆਕਾ ਦੀ ਵਾਲਿਦਾ ਦਾ ਨਾਮ ਹੈ ਆਮਿਨਾ, ਹਜ਼ੂਰ ਦੇ ਅੱਬਾ ਜਾਨ ਦਾ ਨਾਮ ਹੈ ਅਬਦੁੱਲਾ, ਅਬਦੁੱਲਾ ਦਾ ਮਾਨ ਹੈ ਅੱਲਾ ਦਾ ਬੰਦਾ, ਆਮਿਨਾ ਦਾ ਮਾਨ ਹੈ ਅਮਨ ਵਾਲੀ, ਆਮਿਨਾ ਦਾ ਮਾਨ ਹੈ ਅਮਾਨਤ ਵਾਲੀ, ਆਮਿਨਾ ਦਾ ਮਾਨ ਹੈ ਇਮਾਨ ਵਾਲੀ। ਜਿਹਦਾ ਅੱਬਾ ਹੋਵੇ ਹੀ ਅੱਲਾ ਦਾ ਬੰਦਾ ਤੇ ਜਿਹਦੀ ਮਾਂ ਹੋਵੇ ਹੀ ਇਮਾਨ ਵਾਲੀ, ਫਿਰ ਉਹਨਾਂ ਦੇ ਇਮਾਨ ਵਿੱਚ ਕਾਹਦਾ ਸ਼ੱਕ ਰਹਿ ਗਿਆ। ਜਿਹੜੇ ਇਤਰਾਜ਼ ਕਰਦੇ ਫਿਰਦੇ ਨੇ, ਤੇ ਹਜ਼ੂਰ ਦਾ ਨੂਰ ਜਿੰਨੀਆਂ ਪੁਸ਼ਤਾਂ ਤੋਂ ਚੱਲ ਕੇ ਆਇਆ ਉਹ ਸਾਰੇ ਹੀ ਪਾਕ ਹਨ, ਸਾਰੇ ਹੀ ਬੋਲੋ ਬੋਲੋ ਸਾਰੇ ਹੀ ਪਾਕ ਹਨ, ਪਾਕ ਪੁਸ਼ਤਾਂ ਤੋਂ ਚੱਲਦਿਆਂ ਚੱਲਦਿਆਂ ਤੇਰੇ ਤੇ ਮੇਰੇ ਆਕਾ ਦਾ ਨੂਰ ਹਜ਼ਰਤ ਤੇ ਅਬਦੁੱਲਾ ਦੀ ਪੇਸ਼ਾਨੀ ਵਿੱਚ ਆਇਆ। ਹੁਣ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੇ ਬਾਬਾ ਜਾਨ ਦੀ ਪੇਸ਼ਾਨੀ ਰੋਸ਼ਨ ਹੋ ਗਈ, ਪੇਸ਼ਾਨੀ ਚ ਨੂਰ ਆਇਆ, ਚੱਲਦਿਆਂ ਚੱਲਦਿਆਂ ਇਹ ਨੂਰ ਫਿਰ ਸੈਯਦਾ ਆਮਿਨਾ ਦੇ ਸ਼ਿਕਮ ਵਿੱਚ ਆਇਆ। ਵੇਲਾ ਗੁਜ਼ਰਿਆ, ਰਬੀਉਲ ਨੂਰ ਸ਼ਰੀਫ ਤੋਂ ਪਹਿਲਾਂ ਹੀ ਹੈ ਨਾ ਇਸ ਤਕਬਾਲੇ ਰਬੀਉਲ ਨੂਰ ਸ਼ਰੀਫ, ਤਿਆਰੀ ਕੀਤੀ ਜਾ ਰਹੀ ਹੈ ਕਿ ਹਜ਼ੂਰ ਦਾ ਜਸ਼ਨ ਕਿਹਨੇ ਮਨਾਉਣਾ, ਹਜ਼ੂਰ ਦਾ ਮਿਲਾਦ ਕਿਹਨੇ ਮਨਾਉਣਾ, ਘਰਾਂ ਨੂੰ ਕਿਹਨੇ ਸਜਾਉਣਾ, ਹਜ਼ੂਰ ਦੇ ਜ਼ਿਕਰੇ ਖੈਰ ਦੀਆਂ ਮਹਿਫਲਾਂ ਕਿਹਨੇ ਸਜਾਣੀਆਂ। ਤੇ ਇੱਕ ਗੱਲ ਯਾਦ ਰੱਖੋ, ਜਿੱਥੇ ਵੀ ਮਹਿਫਲ ਤੇ ਜਾਣਾ ਮਿੰਬਰ ਵੇਖ ਕੇ ਇਹ ਜ਼ਰੂਰ ਗੌਰ ਕਰਿਆ ਜੇ ਮਿੰਬਰ ਤੇ ਉਹੀ ਬੈਠਾ ਜਿਹੜਾ ਸੈਯਦ ਅਹਿਮਦ ਰਜ਼ਾ ਦੇ ਟੁਕੜੇ ਖਾਣ ਵਾਲਾ, ਨਾਲੇ ਸੁਣਨ ਚ ਵੀ ਬੜੀਆਂ ਬੜੀਆਂ ਕਾਲੀਆਂ ਭੇਡਾਂ ਆ ਗਈਆਂ,
ਲਿਬਾਦਾ ਸੁਣੀਆਂ ਦਾ, ਲੰਗਰ ਸੁਣੀਆਂ ਦਾ, ਪੈਸੇ ਸੁਣੀਆਂ ਦੇ, ਕੀਤੇ ਗੈਰਾਂ ਦੇ। ਸਾਡੇ ਮੌਲਵੀਆਂ ਨੇ ਜਨਾਬ ਭੈਣ ਪੈ ਗਿਆ ਆਲੇ ਸੁਨਤ ਦਾ ਮਾਲ ਖਾ ਕੇ ਤੇ ਗੈਰਾਂ ਦੇ ਅਕੀਦੇ ਮਿੰਬਰਾਂ ਤੇ ਬਿਆਨ ਕੀਤੇ ਜਾ ਰਹੇ। ਇੰਜ ਹੱਥੀ ਨਹੀਂ ਚੜਨਾ, ਜਿਹਦੇ ਕੋਲ ਬਾਣਾ ਪਹਿਲੇ ਵੇਖਣਾ ਬਰੇਲੀ ਦੇ ਸ਼ਹਿਨਸ਼ਾਹ ਦੀ ਖੁਸ਼ਬੂ ਆਉਂਦੀ ਹੈ ਕਿ ਨਹੀਂ ਆਉਂਦੀ। ਤੇ ਇੱਕ ਗੱਲ ਯਾਦ ਰੱਖੋ, ਆਲਾ ਹਜ਼ਰਤ ਦੀ ਗੁਲਾਮੀ ਦਾ ਪੱਟਾ ਹੀ ਐਸਾ ਜਿਹੜਾ ਗੈਰ ਦੇ ਬੂਹੇ ਜਾਨ ਨਹੀਂ ਦਿੰਦਾ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨੂਰ ਮੁਬਾਰਕ ਚਲਦਿਆਂ ਚਲਦਿਆਂ ਹਜ਼ਰਤ ਸੈਯਦਾ ਆਮਿਨਾ ਦੇ ਸ਼ਿਕਮ ਵਿੱਚ ਆ ਗਿਆ। ਫਿਰ ਉਹ ਰਾਤ ਆ ਗਈ ਜਿਸ ਰਾਤ ਦਾ ਹਰ ਪਾਸੇ ਇੰਤਜ਼ਾਰ ਸੀ। ਕੁਫਰ ਦੇ ਅੰਧੇਰੇ ਸਨ, ਹਜ਼ੂਰ ਦੇ ਆਣ ਦੇ ਨਾਲ ਨੂਰ ਦੇ ਅੰਜਾਲੇ ਹੋਣਗੇ। ਮਾਂ ਤੇ ਭੈਣ ਤੇ ਬੇਟੀ ਤੇ ਬਾਪ ਦਾ ਇੱਜ਼ਤ ਕੋਈ ਨਹੀਂ ਕਰਦਾ। ਮੇਰੇ ਨਬੀ ਫਿਰ ਆ ਕੇ ਮਾਂ ਦੀ ਇੱਜ਼ਤ ਦੱਸਣਗੇ, ਮੇਰੇ ਨਬੀ ਆ ਕੇ ਬਾਪ ਦਾ ਮੁਕਾਮ ਦੱਸਣਗੇ, ਮੇਰੇ ਨਬੀ ਆ ਕੇ ਬੇਟੀ ਦਾ ਮੁਕਾਮ ਦੱਸਣਗੇ। ਤੇ ਕੌਣ ਹੈ ਦੀਵਾਲੀ ਦੀ ਆਮਦ ਦਾ ਮਹੀਨਾ ਆਇਆ ਤੇ ਦੁਖੀਆਂ ਨੇ ਨਾਰਾ ਮਾਰਿਆ, ਚੰਦ ਚੜਿਆ ਆਇਆ ਮੇਨਾ ਦੇ ਗੂੰਜ ਪੈ ਜੇ, ਚੰਦ ਚੜਿਆ ਆਇਆ ਮੇਨਾ ਦੇ ਲਾਲ ਦਾ, ਚੰਦ ਚੜਿਆ ਆਇਆ ਮੇਨਾ ਦੇ। ਅੱਲਾ ਫਰਮਾਇਆ ਅਯੂ ਹੰਨਾ ਸੁਕਦ ਜੇ وَأَنزَلْنَا إِلَيْكُمْ نُورًا مُبِينًا, چاند چڑھیا آیا مینا دے لال دا, چاند چڑھیا آیا مینا دے۔ سارے پڑھو میں تقریر مکا لئیے, چاند چڑھیا آیا مینا دے لال دا, چاند چڑھیا۔ ਚੰਦ ਚੜਿਆ ਮਿਲਾ ਦੇ ਲਾਲ ਦਾ, ਚੰਦ ਚੜਿਆ ਮਿਲਾ ਦੇ ਲਾਲ ਦਾ। ਹਜ਼ਰਤ ਇਮਾਮ ਜਲਾਲੁਦੀਨ ਸਯੂਤੀ ਫਰਮਾਵੇ ਨੇ, ਜਦੋਂ ਤੇਰੇ ਤੇ ਮੇਰੇ ਆਕਾ ਮਾਂ ਦੀ ਗੋਦੀ ਦੇ ਅੰਦਰ ਹੈ, ਮਸ਼ਰਕ ਵਾਲੇ ਜਾਨਵਰ ਦੌੜ ਕੇ ਮਗਰਿਬ ਵੱਲ ਜਾ ਰਹੇ, ਤੇ ਮਗਰਿਬ ਵਾਲੇ ਜਾਨਵਰ ਦੌੜ ਕੇ ਮਸ਼ਰਕ ਵੱਲ ਆ ਰਹੇ, ਤੇ ਜਾਨਵਰ ਇੱਕ ਦੂਜੇ ਨੂੰ ਕਹਿ ਰਹੇ, ਮੁਬਾਰਕ ਹੋਵੇ ਕਮਲੀ ਵਾਲਾ ਆ ਗਿਆ। ਜਦੋਂ ਤੇਰੇ ਤੇ ਮੇਰੇ ਨਬੀ ਦੀ ਆਮਦ ਹੋਈ, ਡੰਗਰਾਂ ਨੂੰ ਚਾ ਚੜ ਗਏ, ਉਸ ਵੇਲੇ ਡੰਗਰ ਵੀ ਖੁਸ਼ੀਆਂ ਮਨਾ ਰਹੇ। ਉਹ ਕਿੱਡਾ ਵੱਡਾ ਡੰਗਰ ਏ ਜਿਹੜਾ ਮੇਰੇ ਆਕਾ ਦੇ ਮਿਲਾਦ ਤੇ ਸੜਦਾ ਏ। ਹਜ਼ੂਰ ਦੀ ਆਮਦ ਹੋਈ ਤੇ ਡੰਗਰਾਂ ਨੂੰ ਵੀ ਚਾ ਤੇ ਉਹ ਵੀ ਨਾਰੇ ਮਾਰ ਰਹੇ, ਚੰਦ ਚੜਿਆ ਆਇਆ ਮਿਲਾ ਦੇ। ਜਿਉ ਜਿਉ ਸਲਾਮਤ ਰਵੋ, ਚੰਦ ਚੜਿਆ ਆਇਆ ਮੇਨਾ ਦੇ ਲਾਲ ਦਾ। ਮੇਰੇ ਨਬੀ ਦੀ ਆਮਦ ਤੋਂ ਪਹਿਲੇ ਮਾਵਾਂ ਨੂੰ ਮੰਡੀਆਂ ਚ ਵੇਚਿਆ ਜਾ ਰਿਹਾ, ਸਕਾ ਪੁੱਤਰ ਜਿੱਦੀ ਦਾਰੀ ਵਾਲੇ ਬਾਪ ਨੂੰ ਮੰਡੀ ਚ ਵੇਚਦਾ ਏ, ਜਿਹਦੇ ਘਰ ਬੇਟੀ ਹੁੰਦੀ ਏ ਬੇਟੀਆਂ ਨੂੰ ਜ਼ਿੰਦਾ ਲੱਭਿਆ ਜਾ ਰਿਹਾ। ਅੱਜ ਚਿੱਟੀ ਦਾੜੀ ਵਾਲੇ ਬਾਬੇ ਨੂੰ ਪੁੱਛੋ, ਬਾਬਾ ਤੈਨੂੰ ਇੱਜ਼ਤ ਕਿਸੇ ਦਿੰਦੀ ਏ? ਤੇ ਬਾਬਾ ਸੀਨਾ ਤਾਣ ਕੇ ਆਉਂਦੇ, ਉਦੋਂ ਦੀ ਮੇਰੀ ਇੱਜ਼ਤ ਬਣ ਗਈ ਏ ਜਦੋਂ ਦਾ ਚੰਦ ਚੜਿਆ ਆਇਆ ਮਿਲਾ ਦੇ ਲਾਲ ਦਾ, ਚੰਦ ਚੜਿਆ ਆਇਆ ਮਿਲਾ ਦੇ। ਅੱਜ ਮਾਂ
ਆਉਂਦੀ ਏ ਮਾਵਾਂ ਦੇ ਮੰਡੀਆਂ ਚ ਮੁੱਲ ਵੇਚੀਆਂ ਜਾਂਦੀਆਂ ਸਨ ਪਰ ਮੈਨੂੰ ਉਦੋਂ ਦੀ ਇੱਜ਼ਤ ਮਿਲੀ ਏ ਜਦੋਂ ਦਾ ਚਰਨ ਚੜਿਆ ਮਿਲਾ ਲੈ ਅਗਰ ਬੇਟੀ ਨੂੰ ਪੁੱਛੋ ਬੇਟੀ ਦੱਸ ਤੈਨੂੰ ਇੱਜ਼ਤ ਕਿਵੇਂ ਮਿਲੀ ਏ ਤੇ ਬੇਟੀ ਨੂੰ ਕੀ ਆਉਂਦੀ ਏ ਮੈਨੂੰ ਤੇ ਜ਼ਿੰਦਾ ਲੱਭਿਆ ਜਾਂਦਾ ਜਦੋਂ ਧੀਆਂ ਜੰਮਦੀਆਂ ਸਨ ਲੋਕ ਜ਼ਿੰਦਾ ਦਰਗੋਰ ਕਰਦੇ ਰਹੇ ਨੇ ਤੇ ਬੇਟੀ ਵੀ ਆਉਂਦੀ ਹੈ ਮੈਂ ਤੇ ਜ਼ਿੰਦਾ ਦਫਨੇ ਆਉਂਦੀ ਰਹੀ ਆ ਇੱਜ਼ਤ ਉਦੋਂ ਦੀ ਲੱਭੀ ਏ ਜਦੋਂ ਦਾ ਚੰਨ ਚੜਿਆ ਆ ਮੈਨਾਂ ਦੇ ਲਾਲ ਦਾ ਇਹ ਕੋਈ ਸੋਹਣਾ ਨਹੀਂ ਸੋਹਣੇ ਦੇ ਨਾਲ مقدس نافلے پاک اپنی بارگاہ دے اندر قبول فرمائے اور بھائی محمد علی رضا صاحب اے ہر جمعے دی ریکارڈنگ کر دین مسجد دے اندر جا کے انہاں چینل بنایا ہا میرے نام تو تو اس چینل تے بھی احباب وزٹ کریا کرو محمد ارسلان صاحب انہاں بھی میرے نام تو چینل بنایا او دا بھی وزٹ کریا کرو تو الحمدللہ میں علماء دا خادم ضرور ہاں پر کدی بغیرتاں دی تقریر نہیں کیتی منبر تے بیٹھ جائی ਤੇ ਅਕੀਦੇ ਦੀ ਗੈਰਤ ਸਾਡੇ ਚ ਜ਼ਰੂਰ ਹੁੰਦੀ ਹੈ ਕਿਉਂਕਿ ਮੈਂ ਹਜ਼ੂਰ ਤਾਜਦਾਰੇ ਕੋਟਲਾ ਸ਼ਰੀਫ ਦੇ ਦਰ ਦੇ ਟੁਕੜੇ ਖਾਣ ਵਾਲਾ ਤੋ ਮੈਨੂੰ ਸਾਡੇ ਸਾਈਆਂ ਦੱਸਿਆ ਹੀ ਨਹੀਂ ਕਿ ਪੁੱਤਰਾ ਜਿਹੜੀ ਹਾਂਡੀ ਲੱਭੇ ਹਰ ਹਾਂਡੀ ਚ ਮੂੰਹ ਨਹੀਂ ਮਾਰਨਾ ਹਾਂਡੀ ਉਸੇ ਚ ਮੂੰਹ ਮਾਰਨਾ ਜਿਹਦੇ ਚੋਂ ਇਸ਼ਕ ਰਸੂਲ ਦੀ ਖੁਸ਼ਬੂ ਆਉਂਦੀ ਹੋਵੇ ਤੋ ਤੁਸੀਂ ਚੈਨਲ ਦਾ ਵਿਜ਼ਿਟ ਕਰਿਆ ਕਰੋ ਬਿਆਨਾਤ ਮੇਰੇ ਮੌਜੂਦ ਹਨ ਤੇ ਇਹਨਾਂ ਦੇ ਚੈਨਲ ਨੂੰ ਸਪੋਰਟ ਵੀ ਕਰੋ ਤੇ ਮੈਂ ਫਿਰ ਦੁਆ ਕਰਨਾ ਅੱਲਾਹ ਹਜ਼ੂਰ ਦੇ ਮਿਲਾਦ ਦਾ ਸਦਕਾ ਇਹ ਡੇਰੇ ਇਹ ਵਿਹੜੇ ਇਹ ਬਨੇਰੇ ਸਦਾ ਆਬਾਦ ਰਹਿਣ ਸ਼ਾਦ ਰਹਿਣ ਔਰ ਅੱਲਾਹ ਇਹਨਾਂ ਨੂੰ ਆਪਣਾ ਮਕਾਨ ਵੀ عطا ਫਰਮਾਏ ਸਦਾ ਵਸਦਾ ਰਵੇ ਤੇਰਾ ਦੁਬਾਰਾ ਯਾ ਰਸੂਲ ਅੱਲਾਹ ਜਿੱਥੇ ਹੁੰਦਾ ਗਰੀਬਾਂ ਦਾ ਗੁਜ਼ਾਰਾ ਯਾ ਰਸੂਲ ਅੱਲਾਹ ਅਹਬਾਬ ਨੇ ਇੰਜੀ ਮੁਹੱਬਤ ਨਾਲ ਬੈਠਣਾ ਹਜ਼ਰਤ ਸਾਹਿਬ ਦੁਆ ਫਰਮਾਣਗੇ ਤੇ ਲੰਗਰ ਤੁਹਾਡੇ ਵਾਸਤੇ ਬਿਲਕੁਲ ਤਿਆਰ ਹੈ ਅੱਲਾਹ ਕਰੀਮ ਅਮਲ ਦੀ ਤੋਫੀਕ